ਉਸ ਵੇਲੇ ਹੱਥ ਜੋੜੇ ਸਤਿ ਦੀ ਮਾਦਵੀ Muni ਨੇ ਕਹਿਉ ਪਵਖਤ ਕਥਾ ਬਹੋਰੇ ਕਹਿੰਦੇ ਜੀ ਕਿਰਪਾ ਕਰੋ ਭਗਵਾਨ ਜੀ ਮੈਨੂੰ ਪਵਖਤ ਦੀ ਕਥਾ ਦੱਸੋ ਹੁਣ ਅਗਲੇ ਸਮੇਂ ਚ ਤੁਸੀਂ ਕੀ ਕਰੋਗੇ ਜਿਮ ਕਰ ਹੋ ਜੁਗ ਆਗਲਮਾ ਹੀ ਹੁਣ ਤਾਂ ਹੈ ਸਤਜੁਗ ਆਰੰਭ ਹੋ ਰਿਹਾ ਅੱਗੇ ਤ੍ਰੇਤੇ ਦੁਆਪਰਤ ਜੋ ਕਾਲ ਯੁਗ ਦੇ ਵਿੱਚ ਤੁਸੀਂ ਕਿਵੇਂ ਮਹਾਰਾਜ ਵਰਤੋਂਗੇ ਸੋ ਵਰਨੋ ਪ੍ਰਭ ਸਭ ਮੋ ਪਾਹੀ ਉਹ ਮੇਰੇ ਪਾਸ ਸਾਰਾ ਵਰਨਨ ਕਰ ਦਿਓ ਸਭ ਤਰ ਲੋਕਪਤ ਬਚਨ ਬਖਾਨੇ ਤਰ ਲੋਕੀ ਪਤੀ ਪਰਮੇਸ਼ਰ ਨੇ ਉਸ ਵੇਲੇ ਬਚਨ ਕਹੇ ਉਨੂੰ ਉਪਕਾਰ ਹੇਤ ਮਨ ਮੰਨਨੇ ਪਰ ਪਰਮੇਸ਼ਰ ਦਾ ਪਰਪੁਕਾਰ ਕਰਨ ਵਾਸਤੇ ਮਨ ਮੰਨਿਆ ਕਿ ਦੱਸ ਦਈਏ ਅਸੀਂ ਅਗਲੇ ਬਾਸਮੇਂ ਚ ਕੀ ਕਰਾਂਗੇ ਤ੍ਰੇਤਾ ਮਾਹੇ ਹੋਏ ਹਮ ਰਾਮਾ ਭਗਵਾਨ ਜੀ ਕਹਿਣ ਲੱਗੇ ਤ੍ਰੇਤੇ ਵਿੱਚ ਅਸੀਂ ਰਾਮਚੰਦਰ ਰੂਪ ਹੋਵਾਂਗੇ ਸੋ ਖਾਲਸਾ ਜੀ ਭਾਵੇਂ ਕੋਈ ਕਹਿੰਦਾ ਮੈਂ ਤਾਂ ਨਹੀਂ ਰਾਮਚੰਦਰ ਨੂੰ ਮੰਨਦਾ ਉਹ ਕਹਿੰਦਾ ਮੈਂ ਨਿ ਕੁਸ਼ਨ ਨੂੰ ਮੰਨਦਾ ਉਹ ਕਹਿੰਦਾ ਮੈਂ ਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਕਈ ਸਾਡੇ ਭਰਾ ਵੀ ਐਸੇ ਨੇ ਜੇ ਉਹਨਾਂ ਨੂੰ ਕਹੀਏ ਤੁਸੀਂ ਅਮਰ ਛੱਕ ਲੋ ਕਹਿੰਦਾ ਮੈਂ ਕੋਈ 10ਵੇਂ ਪਾਤਸ਼ਾਹ ਦਾ ਸਿੱਖ ਹਾਂ ਮੈਂ ਤਾਂ ਕਹਿੰਦਾ ਗੁਰੂ ਨਾਨਕ ਦੇਵ ਜੀ ਦਾ ਸਿੱਖ ਹਾਂ ਇੰਨ ਜਿਹੜੀ ਇੱਚਾਂ ਕਰਨ ਵਾਲੇ ਵੀ ਬਹੁਤ ਨੇ ਵੀ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਖਸ਼ਰਾ ਪਾਇਆ ਸੀ ਇਹੋ ਜੇ ਮਨਮਤੀਏ ਵੀ ਹੈ ਕਰਤਾ ਜੀ ਇਸ ਕਰਕੇ ਪ੍ਰੇਮੀ ਜਨੋ ਗੁਰਬਾਣੀ ਦੀ ਗਵਾਹੀ ਤਾਂ ਇਹ ਹੈ ਸਤਜੁਗ ਤੈ ਮਾਣਿਓ ਛਲਿਓ ਬਲਬਾਵਨ ਪਾਇਓ ਹੇ ਵਾਹਿਗੁਰੂ ਜਦੋਂ ਸਤਜੁਗ ਦਾ ਸਮਾਂ ਆਇਆ ਉਸ ਵੇਲੇ ਤੂੰ ਸਤਜੁਗ ਦੇ ਸਮੇਂ ਨੂੰ ਕਿਵੇਂ ਸ਼ਿੰਗਾਰਿਆ ਸੁਸ਼ੋਭਿਤ ਕੀਤਾ ਛੜਿਓ ਬਲ ਬਾਬਨ ਭਾਇਓ ਰਾਜੇ ਬਲ ਨੂੰ ਛੜਿਆ ਤੇ ਬਾਬਲ ਰੂਪ ਧਾਰਿਆ ਤੂੰ ਤ੍ਰੇਤਾ ਤਾਂ ਮਾਣੇ ਰਾਮ ਰਗਵੰਸ ਕਹਾਇਓ ਜਿਉਂ ਤ੍ਰੇਤਾ ਯੁਗ ਆਇਆ ਉਸ ਵੇ ਰਗਵੰਸ ਰਾਗੂਆਂ ਦੀ ਰਾਜੇ ਰਾਗੂ ਦੀ ਵੰਸ ਦੇ ਅੰਦਰ ਤੁਸੀਂ ਰਾਮਚੰਦਰ ਖਮਾਉਣਾ ਕੀਤਾ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰਥ ਕੀਓ ਜੋ ਦੁਆਪਰ ਜੋਗ ਆਇਆ ਉਦੋਂ ਕੰਸ ਨੂੰ ਮਾਰ ਕੇ ਮੁਕਤ ਕਰ ਦਿੱਤਾ ਉਗਰ ਸੈਨ ਨੂੰ ਰਾਜ ਦਿੱਤਾ ਕ੍ਰਿਸ਼ਨ ਰੂਪ ਹੋ ਕਰਕੇ ਜੋ ਸ਼ੋਭਤ ਹੋਏ ਕਾਲ ਯੁਗ ਪ੍ਰਮਾਨ ਨਾਨਕ ਗੁਰ ਰੰਗਦ ਅਮਰ ਕਹాయੋ ਕਾਲ ਯੁਗ ਦਾ ਸਮਾਂ ਆ ਗਿਆ ਤੁਸੀਂ ਹੋਈ ਮਾਰਾ ਗੁਰਨਾਨਕ ਗੁਰੰਗਦ ਰੂ ਗੁਰਮਰਦਾਸ ਸਾਹਿਬ ਜੀ ਕਹੋਣਾ ਕੀਤਾ ਹੁਣ ਦੱਸੋ ਸਤ ਸੰਗ ਜੀ ਇੱਥੇ ਝਗੜਾ ਰਹਿ ਗਿਆ ਕੋਈ ਇਹ ਆਪਾਂ ਗੁਰਬਾਣੀ ਵਿਚਾਰੀ ਹੈ ਇਸ ਕਰਕੇ ਧਾਰਮਿਕ ਲੈਨ ਵਿੱਚ ਦ્વੈਤ ਨਹੀਂ ਲੋਕ ਪੱਖ ਆਪੋ ਆਪਣੇ ਪੱਖ ਬੰਨ ਬੰਨ ਕੇ ਲੜਦੇ ਨੇ ਉਹਦੇ 'ਚ ਕੋਈ ਖੱਟਣ ਨੂੰ ਨਹੀਂ ਇੰਨਾ ਜ਼ਰੂਰ ਹੈ ਬੱਚਿਆਂ ਨੂੰ ਪੁੱਛੋ ਵੀ ਤੁਹਾਡਾ ਬਾਪ ਨਾਲ ਪਿਆਰ ਹੈ ਕਿ ਦਾਦੇ ਨਾਲ ਦਾਦੀ ਨਾਲ ਪਿਆਰ ਹੈ ਕਿ ਮਾਂ ਨਾਲ ਮਾਂ ਨਾਲ ਜ਼ਿਆਦਾ ਹੁੰਦਾ ਦਾਦੀ ਨਾਲ ਘੱਟ ਹੁੰਦਾ ਇਸੇ ਤਰ੍ਹਾਂ ਉਹਨਾਂ ਯੁਗਾਂ ਦੇ ਜਿਹੜੇ ਅਵਤਾਰ ਸੀ ਉਹ ਸਤਿ ਸ੍ਰੀ ਸਤਕਾਰਯੋਗ ਨੇ ਉਹਨਾਂ ਦੀ ਨਿੰਦਿਆ ਨਹੀਂ ਕਰਨੀ ਲੇਕਿਨ ਪੂਜਨ ਆਪਣਾ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਦਾ ਹੀ ਕਰਨਾ ਹੈ ਜਿਸ ਸਮੇਂ ਜਿਸੇ ਜੀ ਸਿੱਖਿਆ ਦਿੱਤੀ ਹੈ ਉਹ ਹੀ ਜੀ ਮੰਨਣੀ ਹੈ ਮੋਟਾ ਜਾਂ ਪ੍ਰਮਾਣ ਹੈ ਅੱਗੇ ਮਸ਼ੀਨਰੀ ਯੁੱਗ ਨਹੀਂ ਸੀ ਪਿਓ ਕਹੇ ਲੈ ਪੁੱਤ ਟਰੈਕਟਰ ਤੇ ਬਹਿ ਜਾ ਖਖੜਵਾ ਉਹ ਕਹੇ ਮਾਤਾ ਜੀ ਮੈਂ ਪਰਦਾਦਾ ਬਹੁੰਦਾ ਸੀ ਉਹ ਮੈਂ ਹਲ ਚਲਾਉਂਗਾ ਜਾਂ ਪਰਦੇ ਚੱਲਿਆ ਜਾ ਉਹ ਗੋਗਾ ਪੁੱਤ ਕਹਦਾ ਜੰਮਿਆ ਮੂਰਖੀ ਜੰਮਿਆ ਕਿਉਂ ਦਾਦੇ ਵੇਲੇ ਉਹ ਹੈ ਜੇ ਸਮਾਂ ਸੀ ਇਸੇ ਤਰ੍ਹਾਂ ਆ ਰਾਮਚੰਦਰ ਕ੍ਰਿਸ਼ਨ ਵੇਲੇ ਹੋਰ ਤਰ੍ਹਾਂ ਦੇ ਲੋਕ ਸੀ ਉਦੋਂ ਉਪਦੇਸ਼ ਸਤ ਸੰਗਰੀ ਹੋਰ ਤਰ੍ਹਾਂ ਸੀ ਹੁਣ ਕਲਯੁਗ ਦਾ ਸਮਾਂ ਸਤਗੁਰੂ ਜੀ ਨੇ ਜੋ ਆਪਾਂ ਨੂੰ ਸਿੱਖਿਆ ਦਿੱਤੀ ਆ ਉਹੀ ਮੰਨਣੀ ਆ ਲੇਕਿਨ ਫਰਕ ਨਹੀਂ ਪਾਉਣਾ ਇਹ ਨਹੀਂ ਕਹਿਣਾ ਕਿ ਪਹਿਲਾਂ ਗਲਤੀਆਂ ਕਰਦੇ ਰਹੇ ਪਹਿਲੇ avatars ਸੀ ਉਹ ਤਾਂ ਬਹੁਤੇ ਮਾੜੇ ਸੀ ਉਹਨਾਂ ਨੂੰ ਨਿੰਦਣਾ ਨਹੀਂ ਕਦੇ ਦੀ ਨਿੰਦਾ ਭਰੀ ਕਿਸੇ ਕੀ ਨਹੀਂ ਮਨ ਮੁਖ ਮੁਗਧ ਕਰਨ ਇਤਨਾ ਕਥਾ ਸੰਜੀ ਸਮਝਣਾ